ਅਸਲਾਮ ਵਾਲੇਕਮ ਸਿਆਸੀ ਡੇਰਾ ਤੇ ਖੁਸ਼ ਆਮਦੇਦ ਹਜ਼ੂਰ ਸਦੀ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾ ਪਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ ਫਰਮਾਏ ਤੇ ਬਈ ਇਹ ਗੱਲ ਇਹ ਵੇ ਕਿ ਅੱਜਕੱਲ ਪਾਕਿਸਤਾਨ ਦੇ ਵਿੱਚ ਔਰ ਖਾਸ ਤੌਰ ਤੇ اسلام آباد ਔਰ ਲਾਹੌਰ ਦੇ ਵਿੱਚ ਰੌਲੇ ਪੈ ਗਏ ਨੇ ਬੜੇ ਮਸਲੇ ਮਸਾਇਲ ਪੈਦਾ ਹੋ ਗਏ ਨੇ ਖਾਨ ਸਾਹਿਬ ਆਸਤੇ ਜਰੀ ਗੱਲ ਹੈ ਅੱਜਕੱਲ ਉਹਨਾਂ ਦਾ ਦੌਰ ਜਿਹੜਾ ਉਹ ਬੜਾ ਅਤਾਬ ਦੇ ਥੱਲੇ ਜਾ ਰਿਹਾ ਔਰ ਖਾਨ ਸਾਹਿਬ ਆਸਤਾ ਆਸਤਾ ਜਿਹੜਾ ਆਪਣੀ ਮੰਜ਼ਲ ਦੀ ਤਰਫ ਰਵਾਨਦਵਾ ਨੇ ਤੇ ਇਸ ਵਾਸਤੇ ਖਾਨ ਸਾਹਿਬ ਵਾਸਤੇ ਇਹ ਸਾਰੀਆਂ ਗੇਮਾਂ ਹੋਣੀਆਂ ਨਾ ਹੁਣ ਮੇਰੇ ਆਸਤੇ ਦੀ ਨਾ ਹੋਣੀਆਂ ਮਿਠਿਆ ਖਬਰ ਆਂਦੀ ਹੈ ਤਿੰਨ ਦਿਨ ਪਹਿਲੇ ਕਿ ਮਾਈ ਪੀਰਨੀ ਜਿਹੜੀ ਹੈ ਉਹ ਰੁੱਸ ਕੇ ਚਲੀ ਗਈ ਆ ਖਬਰ ਦੇਣ ਦਾ ਸੋਰਸ ਬੜਾ ਮਜ਼ਬੂਤ ਔਰ ਬੜਾ ਦਨਾ ਸੀ ਅਸੀਂ ਹੋਲਡ ਕਰ ਲਈ ਅਸੀਂ ਕਿਹਾ ਨਹੀਂ ਹਜੇ ਨਹੀਂ ਅਸੀਂ ਕਿਹਾ ਜਿੰਨੀ ਦੇਰ ਤੱਕ 3-4 ਸ਼ਹਾਦਤਾ ਨਹੀਂ ਆਂਦੀਆਂ ਅਸੀਂ ਮਾਈ ਤੇ ਗੱਲ ਨਹੀਂ ਕਰਨੀ ਕਿਉਂਕਿ ਅਸੀਂ ਹਮੇਸ਼ਾ ਅਵੋਇਡ ਕਰਨੇ ਆ ਇਸ ਤਰ੍ਹਾਂ ਦੀ ਜਿਹੜੀ ਗੱਲ ਹੁੰਦੀ ਖਾਸ ਤੌਰ ਤੇ ਜਿਹਦੇ ਵਿੱਚ ਔਰਤਾਂ ਇਨਵੋਲ ਹੁੰਦੀਆਂ ਅਸੀਂ ਕਹਿੰਨੇ ਆ ਕਿ ਨਹੀਂ ਜਿੰਨੀ ਦੇਰ ਤੱਕ 3-4 ਸ਼ਹਾਦਤਾ ਨਾ ਆਣ ਉਹਨੀ ਦੇਰ ਤੱਕ ਗੱਲ ਨਾ ਕਰੋ ਅਸੀਂ ਵੀ ਆਪਣੇ ਫਿਰ ਕੁਚੜੇ-ਚੁੜੇ ਛੱਡੇ ਬਣੀ ਗੱਲਾਂ ਦੇ ਵਿੱਚ ਸੱਜੇ ਖੱਬੇ ਮੁਲਾਜ਼ਮੀਨ ਨਾਲ ਰابطੇ ਉਰਾਂ ਪਰਾਂ ਕੋਈ ਸਿਕਿਉਰਟੀ ਵਾਲਾ ਕੋਈ ਪੁਲਸ ਵਾਲਾ ਕੋਈ ਫਲਾਣਾ ਕੋਈ ਢਿੰਗੜਾ ਅਸੀਂ ਕਿਹਾ ਯਾਰ ਪਤਾ ਕਰੋ ਮਾਈ ਕਿੱਥੇ ਆ ਕਿਸੇ ਨੇ ਕਿਹਾ ਜੀ ਮਾਈ ਦਾ ਝਗੜਾ ਹੋ ਗਿਆ ਜਾਦੂ ਟੂਣੇ ਤੋਂ ਖਾਨ ਪਰੇਸ਼ਾਨ ਇਹਦੇ ਆਉਂਦਾ ਬੈ ਤੇਰਾ ਟੂਣਾ ਹੁਣ ਕੰਮ ਨਹੀਂ ਕਰਦਾ ਕਿਸੇ ਨੇ ਕਿਹਾ ਜੀ ਪੈਸਿਆਂ ਦਾ ਰੋਲਾ ਕਿਸੇ ਨੇ ਕਿਹਾ ਜੀ ਜ਼ਮੀਂਦਾਰ ਰੌਲਾ ਜੀ ਉਹਨਾਂ ਕਬਜ਼ੇ ਕੀਤੇ ਉਹਦੇ ਮੁੰਡਿਆਂ ਨੂੰ ਉਹ ਰੌਲੇ ਨੇ ਕ੍ਰਿਪਸ਼ਨ ਦੀਆਂ ਫਾਈਲਾਂ ਨੇ ਫਲਾ ਹੈ ਟੀਂਗ ਇਹ ਵੋ ਗੱਲਾਂ ਚੱਲ ਰਹੀਆਂ ਹਨ ਮਾਰਕੀਟ ਦੇ ਵਿੱਚ ਉਹ ਸਰਕਾਰ ਹੁੰਦਾ ਇੰਜ ਕਿ ਮਾਈ ਦੇ ਮੁੰਡਿਆਂ ਦੀਆਂ ਫਾਈਲਾਂ ਜਿਹੜੀਆਂ ਨਾ ਉਹ ਖਾਨ ਸਾਹਿਬ ਕੋਲ ਪਹੁੰਚ ਜਾਂਦੀਆਂ ਨੈਬ ਨੇ ਕਿਹਾ ਕਿ ਅਸੀਂ ਕਰਨ ਲੱਗੇ ਹਾਂ ਕਾਰਵਾਈ ਤੇ ਖਾਨ ਸਾਹਿਬ ਵੇਚਣਾ ਆਣਾ ਜਿੰਨਾਂ ਕੋ ਪੈਸਾ ਇਸ ਮਾਈ ਦੇ ਮੁੰਡਿਆਂ ਨੇ ਬਣਾ ਲਿਆ ਸਾਡੇ 3 ਸਾਲ ਦੀ ਤੁਹਾਡੀ ਸੋਚ ਉਹ ਉਹਨੇ ਮਾਈ ਨੂੰ ਪੁੱਛਿਆ ਬਈ ਕੀ ਆ ਫਾਇਲਾਂ ਬਣਦੀਆਂ ਪਈਆਂ ਮੁੰਡਿਆਂ ਤੇਰਿਆਂ ਦੀਆਂ ਤੇ ਸਾਰਾ ਇਹ ਕੀ ਤੁਸੀਂ ਕਰਦੇ ਫਿਰਦੇ ਆ ਤੇ ਉਹ ਮਾਈ ਜਿਹੜੀ ਹੈ ਗੁੱਸੇ 'ਚ ਆ ਗਈ ਉਹਨੇ ਕਿਹਾ ਬਈ ਤੈਨੂੰ ਮੈਂ ਲਿਆਉਣ ਵਾਲੀ ਇੱਥੇ ਤੈਨੂੰ ਮੈਂ ਵਜ਼ੀਰ ਅਜ਼ਮ ਬਣਾਇਆ ਔਰ ਉਹ ਵੀ ਐਡਾ ਪਾਗਲ ਹੈ ਉਹ ਵੀ ਸੋਚ ਬੈਠਾ ਕਿ ਮੈਨੂੰ ਇਹ ਦੀ ਇਹਦੇ ਜਾਦੂ ਟੂਣੇ ਲੈ ਕੇ ਆਏ ਉੱਥੋਂ ਫਿਰ ਇਹਨਾਂ ਦੀ ਤੁੰਤੂ ਮੈਨਾ ਹੁੰਦੀ ਹੈ ਜਦੋਂ ਉਹਨੇ ਉਹ ਫਾਇਲਾਂ ਦੀ ਗੱਲ ਕਰ ਬੈਠਾ ਵਿਚਾਰਾ ਆਦਮੀ شریف ਆਦਮੀ ਕੀ ਆ ਰਹਾ ਵੇਖ ਤੇਰੇ ਅੰਮਾਲ ਜਿਹੜੇ ਨੇ ਕੀ ਕਰਦੇ ਫਿਰਦੇ ਨੇ ਆ ਨਾਇਬ ਵਾਲੇ ਨੂੰ ਫੜਨ ਲੱਗੇ ਨੇ ਤੇ ਹੁਣ ਉਹ ਮੈਂ ਉਹ ਕੀ ਕਰਾਂ ਇੱਥੇ ਮਾਈ ਗੁੱਸੇ ਚ ਆ ਗਈ ਉਹਨੇ ਕਿਹਾ ਹਾਂ ਜਾਂ ਤੂੰ ਮੇਰੇ ਮੁੰਡਿਆਂ ਦੇ ਬਾਰੇ ਇਹ ਗੱਲ ਕਿਉਂ ਕੀਤੀ ਹੈ ਉਹ ਆਂਦੀ ਹੈ ਕਿ ਸਾਰੇ ਹੀ ਖਾਂਦੇ ਨੇ ਬੱਜੇ ਮੇਰੇ ਮੁੰਡਿਆਂ ਵਿੱਚੋਂ ਕੁਚਾਰਾ ਨੇ ਖਾ ਲਿਆ ਨੇ ਤੇ ਕੀ ਤਕਲੀਫ ਹੋ ਗਈ ਕੁਰਬਾਨੀ ਨਹੀਂ ਦਿੱਤੀ ਮੁੰਡਿਆਂ ਨੇ ਐਡੀ ਵੱਡੀ ਕੁਰਬਾਨੀ ਜਿਹੜੀ ਮੇਰੇ ਮੁੰਡਿਆਂ ਨੇ ਦਿੱਤੀ ਹੈ ਇਹ ਪਾਕਿਸਤਾਨ ਦੇ ਕਿਸੇ ਹੋਰ ਬੰਦੇ ਨੇ ਦਿੱਤੀ ਹੈ ਉਹ ਉੱਥੇ ਕਰੋ ਲੜਾਈ ਹੋ ਜਾਂਦੀ ਹੈ ਕੋਈ ਹੱਥਾ ਪਾਈ ਵੀ ਸੁਣਿਆ ਹੋਈ ਆ ਕੋਈ ਤਫੇ ਛਪਾਈ ਵੀ ਇੱਕ ਦੂਜੇ ਨੂੰ ਮਾਰੇ ਨੇ ਇਹ ਅੱਲਾ ਹੀ ਬਿਹਤਰ ਜਾਣਦਾ ਉਹ ਫਿਰ ਮਾਈ ਨੇ ਫਿਰ ਆਪਣੀਆਂ ਗੱਲਾਂ ਵੀ ਛੱਡੀਆਂ ਉਹਦਾ ਕਹ ਮੈਂ ਤੈਨੂੰ ਲੈ ਕੇ ਆਈ ਆ ਤੇ ਮੈਂ ਉਹ ਗੱਲ ਦੱਸਣੀ ਆ ਕੰਦੀਲ ਬਲੋਚ ਵਾਲੀ ਉਹ ਯਾਦ ਜੇ ਨਾ ਉਹ ਮੌਲਵੀ ਕਵੀ ਖਾਂ ਤੇ ਉਹ ਕੰਦੀਲ ਬਲੋਚ ਤੇ ਉਸ ਵਾਰ ਕੰਦੀਲ ਬਲੋਚ ਜਿਹੜੀ ਉਹਦਾ ਕਰਿਆ ਕਰਮ ਹੋ ਗਿਆ ਤੇ ਉਹ ਇਲਜ਼ਾਮ ਜਿਹੜਾ ਉਹ ਸਾਰਾ ਉੱਤੇ ਬਣੀ ਗੱਲ ਅ ਤੱਕ ਜਾਂਦਾ ਸੀ ਸਾਰੀ ਗੱਲ ਤੁਸੀਂ ਸਮਝਿਆ ਕਰੋ ਕਿਉਂਕਿ ਕੰਦੀਲ ਬਲੋਚ ਨੇ ਤੇ 7 ਸਾਲ ਪਹਿਲੇ ਕਹਿ ਦਿੱਤਾ ਸੀ ਕਿ ਮਾਈ ਦਾ ਤੇ ਨਿਆਜ਼ੀ ਦਾ ਚੱਕਰ ਚੱਲ ਰਿਹਾ ਉਥੋਂ ਸਾਰੀਆਂ ਗੇਮਾਂ ਔਰ ਨਿਆਜ਼ੀ ਦਾ ਕੰਦੀਲ ਬਲੋਚ ਨਾਲ ਵੀ ਤਲਕ ਸੀ ਤੇ ਮਾਈ ਨਾਲ ਵੀ ਤੇ ਉਦੋਂ ਵੇ ਸਹਲੀਆਂ ਸੀ ਉਹਨਾਂ ਦੋਵਾਂ ਨੇ ਆਪਸ ਵਿੱਚ ਦatschੜਿਆ ਉੱਥੋਂ ਗੇਮ ਖਰਾਬ ਹੋ ਗਈ ਉਹ ਵਿੱਚ ਮੌਲਵੀ ਕਵੀ ਨੂੰ ਪਾਇਆ ਗਿਆ ਉਹਨੇ ਫਿਰ ਉਹਦਾ ਮਹੀਨਾ ਡੇਢ گزار ਕੇ ਕਾਰਿਆਕਰਮ ਕਿਤੇ ਕਰਾਇਆ ਔਰ ਉਸ ਤੋਂ ਬਾਅਦ ਕੇਸ ਜਿਹੜਾ ਨਾ ਉਹ ਖਤਮ ਹੋ ਗਿਆ ਮਾਈ ਨੇ ਕਿਹਾ ਮੈਂ ਉਹ ਦੱਸ ਦੇਣਾ ਸਾਰਿਆਂ ਨੂੰ ਵਾ ਕਿਸ ਤਰ੍ਹਾਂ ਕਰਕੇ ਉਹ ਕੰਦੀਲ ਬਲੋਚ ਤੇ ਸਾਰੀ ਗੇਮ ਤੇ ਉਰਾਂ ਪਰ ਉਹ ਸਰਕਾਰ ਫਿਰ ਉੱਥੇ ਰੌਲਾ ਪੈ ਗਿਆ ਉਹ ਮਾਈ ਦੇ ਨਾਲ 8-10 ਬੰਦਿਆਂ ਦਾ ਸਟਾਫ ਹੁੰਦਾ ਉਹ ਜਾਦੂ ਟੂਣਾ ਸਟਾਫ ਜਿਹਨੂੰ ਕਹਿੰਦੇ ਹੋ ਉਹ ਜਿਹੜੇ ਤਵੀਜ਼ ਲਿਖਣ ਵਾਲੇ ਤਵੀਜ਼ ਭਰਨ ਵਾਲੇ ਉਹ ਦਵਾਈਆਂ ਬੰਦ ਕਰਨ ਵਾਲੇ ਤਕੁੰਡੀ ਖੋਲਣ ਵਾਲੇ ਅੱਗ ਲਾਉਣ ਵਾਲੇ ਔਰ ਉਸ ਤੋਂ ਬਾਅਦ ਦੋਣੀ ਤਹਾਨ ਵਾਲੇ ਉਹ ਸਾਰਾ ਸਟਾਫ ਹੁੰਨ ਜਨਾਬ ਲਿਆ ਆਪਣੇ ਕੱਪੜੇ ਬੰਨੇ ਤੇ ਜਿਹੜੇ ਉਹਨੂੰ ਤੋਹਫੇ ਤਹਾਵਗੇ ਲਵਦੇ ਸੀ ਕ੍ਰਪਸ਼ਨ ਦੇ ਉਹ ਸਾਰੇ ਉਹ ਪਹਿਲਾਂ ਹੀ ਲੈ ਗਈ ਹੈ ਤੇ ਉਹ ਉਹ ਨਾਲ ਚੰਗਾ ਭਲਾ ਲੜ ਕੇ ਝਗੜ ਕੇ ਤੇ ਉਹਨੂੰ ਕਹਿੰਦੀ ਹੈ ਕਿ ਠੀਕ ਹੈ ਫਿਰ ਹੁਣ ਤੂੰ ਜਿਹੜਾ ਹੈ ਨਾ ਅਗਲੇ ਅਧੂ ਹਫਤੇ ਚ ਗਿਆ ਮੈਵਰਾ ਵੀ ਜਾਦੂ ਹੁਣ ਪੁੱਠਾ ਚੱਲੇਗਾ ਜੇ ਤੂੰ ਮੇਰੇ ਮੁੰਡਿਆਂ ਦੇ ਖਿਲਾਫ ਕ腐ਸ਼ਨ ਦੇ ਇਲਜ਼ਾਮ ਲਾ ਰਿਹਾ ਨਾ ਕਿ ਮੇਰੇ ਮੁੰਡੇ ਖਾ ਗਏ ਪੰਜਾਬ ਤੇ ਮੈਂ ਹੁਣ ਲੋਕਾਂ ਨੂੰ ਖਬਰਾਂ ਲੀਕ ਕਰਾਂ ਦੀ ਕਿ ਤੂੰ ਕੀ ਕੀ ਖਾਦਾ ਤੇ ਬਾਜੀ ਅਲੀਮਾ ਕੀ ਕੀ ਖਾਦਾ ਤੇ ਬੰਨੀ ਗਾਲਾਂ ਦੇ ਵਿੱਚ ਕੀ ਕੀ ਹੁੰਦਾ ਤੇ ਕਿੱਥੇ ਕਿੱਥੇ ਪੈਸੇ ਪੈ ਨੇ ਤੇ ਕਿੱਥੇ ਕਿੱਥੇ ਡਾਲਰ ਪੈ ਨੇ ਤੇ ਜਰਾ ਹੁਣ ਧਿਆਨ ਨਾਲ ਹੁਣ ਮਾਈ ਜਿਹੜੀ ਪੀਰ ਨਹੀਂ ਆਏ ਹੁਣ ਪੂਰੇ ਜਾਦੂ ਪੁੱਠੇ ਕਰੇਗੀ ਉਹ ਇੰਨੀਆਂ ਧਮਕੀਆਂ ਸ਼ਮਕੀਆਂ ਲਾ ਕੇ ਤੇ ਉਹਨੇ ਆਪਣਾ ਉਥੋਂ ਸਮਾਨ ਸਮੁੰ ਚੁੱਕਿਆ ਆਪਣਾ ਪਰਸਨਲ ਸਟਾਫ ਜਿਹੜਾ ਉਹ ਟੂਣਾ ਸਟਾਫ ਉਹ ਨਾਲ ਲਿਆ ਲੈ ਕੇ ਤੇ ਉਹ ਲਾਹੌਰ ਜਿਹੜਾ ਉਹ ਡਿਫੈਂਸ ਦੇ ਵਿੱਚ ਜਿਹੜਾ ਉਹਦੀ ਸੇਲੀ ਹੈ ਫਰਾ ਉਹਦੇ ਘਾਰ ਜਿਹੜਾ ਉਹ ਚਲੀ ਗਈ ਹੈ ਕਿਉਂਕਿ ਫਰਾ ਜਿਹੜੀ ਉਹ ਪੰਜਾਬ ਚ ਲਾ ਰਹੀ ਹੈ ਤੇ ਇਹ ਉਹ ਉੱਥੇ ਬਹਿ ਕੇ ਤੇ ਹੁਣ ਪੰਜਾਬ ਦਾ ਜਿਹੜਾ ਬਾਕੀ ਬਚਿਆ ਖੁਚਿਆ ਮਾਲ ਏ ਉਹ ਕਮਾਂਡ ਦੀਆਂ ਕਿਉਂਕਿ ਸਾਰਾ ਇਲਜ਼ਾਮ ਤੇ ਨਿਆਜ਼ੀ ਤੇ ਲੱਗਣਾ ਨਾ ਮਾਈ ਨੂੰ ਥੋੜੇ ਕਿਸੇ ਫੜਨਾ ਕਰਮਾ ਲਿਓ ਤੇ ਇਸ ਵਾਸਤੇ ਉਹ ਹੁਣ ਜ਼ਿਆਦਾ ਗੇਮ ਚੁੱਕੇਗੀ ਜ਼ਿਆਦਾ ਮਾਲ ਬਣਾਏਗੀ ਔਰ ਨਿਆਜ਼ੀ ਦੇ ਉੱਤੇ ਜ਼ਿਆਦਾ ਬੋਝ ਪਾਏਗੀ ਤਾਕੇ ਕਲ ਨੂੰ ਨਿਆਜ਼ੀ ਨੂੰ ਰਸਨ ਦਾ ਨਸਨ ਦਾ ਰਸਤਾ ਨਾ ਮਿਲੇ ਤੇ ਸਰ ਜੀ ਇਹ ਗੱਲ ਇੱਕ ਮਾਈ ਜਿਹੜੀ ਆ ਉਹ ਨਸ ਗਈ ਹੈ ਲਾਹੌਰ ਤੇ ਨਿਆਜ਼ੀ ਹੋ ਗਿਆ ਉੱਥੋਂ ਲਵਾਰਸ ਤੇ ਮੁਰਾਦ ਸਈਦ ਜਿਹੜਾ ਉਹਨੇ ਆਪਣੇ ਅੱਡੇ ਗਾੜ ਲੈਣੇ ਤੇ ਪੰਜੇ ਵੀ ਗਾੜ ਲੈਣੇ ਸ਼ੁਕਰੀਆ